ਸਬਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡਾਂ ਚ ਨਹਿਰੀ ਪਾਣੀ ਨਾ ਪਹੁੰਚਣ ਤੋਂ ਪਰੇਸ਼ਾਨ ਕਿਸਾਨਾਂ ਨੇ ਨਹਿਰੀ ਵਿਭਾਗ ਦੇ ਦਫ਼ਤਰ ਅੱਗੇ ਦਰਣਾ ਲਗਾਇਆ ਬੀਕੇਓ ਡਕੋਂਦਾ ਦੀ ਅਗਵਾਈ ਹੇਠ ਲੱਗੇ ਤਰਨੇ ਵਿੱਚ ਕਿਸਾਨਾਂ ਨੇ ਸੂਬਾ ਸਰਕਾਰ ਦੇ ਵਿਰੋਧ ਨਾਰਾਬਾਜ਼ੀ ਕੀਤੀ ਕਿਸਾਨਾਂ ਨੇ ਕਿਹਾ ਕਿ ਨਹਿਰੀ ਪਾਣੀ ਨਾ ਔਣ ਨਾਲ ਉਹਨਾਂ ਨੂੰ ਕਾਫੀ ਮੁਸ਼ਕਲ ਹੁੰਦੀ ਹੈ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਫੌਰੀ ਮਹਿਰਾ ਨੂੰ ਚਾਲੂ ਕਰਕੇ ਨਹਿਰੀ ਪਾਣੀ ਦੀ ਵਿਵਸਥਾ ਦਾ ਪ੍ਰਬੰਧ ਕਰੇ ਜਨਾਲੀ ਕਿਹਾ ਕਿ ਜੇ ਸਰਕਾਰ ਨੇ ਉਹਨਾਂ ਦੀ ਮੰਗ ਤੇ ਗੌਰ ਨਾ ਕੀਤਾ ਤਾਂ ਔਣ ਵਾਲੇ ਦਿਨਾਂ ਵਿੱਚ ਸੰਕਟ ਤੇਜ਼ ਕੀਤਾ ਜਾਏਗਾ ਨਹਿਰੀ ਪਾਣੀ ਨਹਿਰੀ ਪਾਣੀ ਦੀ ਟੋੜੇ ਨੂੰ ਲੈ ਕੇ ਘਾਟ ਨੂੰ ਲੈ ਕੇ ਇਹ ਧਰਨਾ ਲਾਇਆ ਬਖ ਬਖ ਤਾਈਂ ਤੋਂ ਪੂਰੇ ਪੰਜਾਬ ਦੇ ਵਿੱਚ ਐਕਸ਼ਨ ਦਫ਼ਤਰਾਂ ਕੇ ਧਰਨੇ ਲੱਗੇ ਨੇ ਅਸੀਂ ਸਾਡੀਆਂ ਸਮੱਸਿਆਵਾਂ ਇਸ ਰੋ ਦਫ਼ਤਰਾਂ ਨਾਲ ਜੁੜੀਆਂ ਸੀਗੀਆਂ ਅਸੀਂ ਤਾਂ ਤਲਵੰਡੀ ਸਾਬੋ ਦਾ ਇਸ ਰੋ ਜਿਹੜਾ ਚੁਣਿਆ ਸੀਗਾ ਜਿੰਨੀਆਂ ਟੇਲਾਂ ਕਦੇ ਵੀ ਲੋਡ ਵੇਲੇ ਪਾਣੀ ਨਹੀਂ ਪੂਰਾ ਹੋਇਆ ਥਾਂ ਥਾਂ ਸੂਆਂ ਦੇ ਵਿੱਚ ਕੱਚੇ ਨੱਕੇ ਪਏ ਜਿਹੜੇ ਪਾੜ ਪਿਓ ਗੱਟੇ ਉਹਦੇ ਭਰੇ ਪਏ ਪੂਰ ਦੁਬਾਰਾ ਪੱਕਾ ਨਹੀਂ ਕੀਤਾ ਥਾਂ-ਥਾਂ ਕੱਸੀਆਂ ਦੇ ਨੂਰੇ ਥੂਆਂ ਦੇ ਵਿੱਚ ਜਿਹੜਾ ਹੈਗਾ ਗੰਦ ਪਿਆ ਘਾਹ ਫੂਸ ਪਿਆ ਕੋਈ ਸਫਾਈ ਦਾ ਪ੍ਰਬੰਧ ਨਹੀਂ ਇਸ ਕਰਕੇ ਅਸੀਂ ਅੱਜ ਧਰਨਾ ਦੇ ਕੇ ਮੰਗ ਕਰਦੇ ਆਂ ਕਿ ਥੂਏ ਕੱਸੀਆਂ ਦੇ ਜਿਹੜੇ ਕੱਚੇ ਪਾੜ ਉਹ ਪੱਕੇ ਕੀਤੇ ਜਾਣ ਸਫਾਈ ਕੀਤੀ ਜਾਵੇ ਤੇ ਟੇਲਾਂ ਤੇ ਪਾਣੀ ਪੂਰਾ ਦਿੱਤਾ ਜਾਵੇ ਅਧਿਕਾਰੀ ਹਾਜ਼ਰਕਰ ਸਾਨੂੰ ਨਹੀਂ ਮਿਲਿਆ ਅਸੀਂ ਇੰਟੈਲੀਜੈਂਸੀ ਦੇ ਧਿਆਨ ਚ ਲਿਆਂਦਾ ਸੀ ਆਈਡੀ ਦੇ ਧਿਆਨ ਚ ਲਿਆਂਦਾ ਹੈ ਤੇ ਅਸੀਂ ਵੇਟ ਕਰਦੇ ਆਂ ਜੇ ਕੋਈ ਸਮਾਂ ਨਹੀਂ ਫਿਰ ਕੋਈ ਅਗਲਾ ਪ੍ਰੋਗਰਾਮ ਅਸੀਂ ਮੀਟਿੰਗ ਕਰਕੇ ਕਰਾਂਗੇ